ਤਿੰਨ ਵਾਰੀ ਪਾਪਾ ਨੂੰ ਇੱਥੋਂ MLA ਬਣਾ ਕੇ ਭੇਜਿਆ, ਅਤੇ ਜਦੋਂ ਕੋਈ ਵੀ ਨਹੀਂ ਜਿੱਤਿਆ 2022 ਸੋਰੀ 2022 'ਚ ਜਦੋਂ ਕੋਈ ਵੀ ਨਹੀਂ ਜਿੱਤਿਆ ਉਦੋਂ ਗਿੱਦੜਵਾ ਦੇ ਲੋਕਾਂ ਨੇ ਪਾਪਾ 'ਤੇ ਕਿਰਪਾ ਕੀਤੀ। ਸੋ ਆਈ ਥਿੰਕ ਮੈਂ ਗਿੱਦੜਵਾ ਦੇ ਲੋਕਾਂ ਨੂੰ ਬਸ ਇੱਕ ਹੀ ਅਪੀਲ ਕਰਨਾ ਚਾਹੂੰਗੀ ਕਿ ਇਸ ਵਾਰ ਮੇਰੀ ਮੰਮਾ ਨੂੰ ਇੱਥੋਂ ਬਣਾ ਕੇ ਭੇਜਣਾ, ਅਤੇ ਇਸ ਵਾਰ ਪਾਰਟੀਵਾਦ ਤੋਂ ਉੱਠ ਕੇ ਇੱਕ ਔਰਤ ਦੀ ਸਪੋਰਟ ਕਰਨੀ ਹੈ। ਸਪੈਸ਼ਲੀ ਵਿਮੈਨ ਨੂੰ ਇੱਕ ਅਪੀਲ ਕਰਨਾ ਚਾਹੂੰਗੀ ਕਿ ਆਹ ਤੁਹਾਡਾ ਸਾਰਿਆਂ ਦਾ ਆਪਦਾ ਇਲੈਕਸ਼ਨ ਹੈ, ਇਕੱਲਾ ਇੱਕ ਮੇਰੀ ਮੋਮ ਦਾ ਜਾਂ ਸਾਡੀ ਫੈਮਿਲੀ ਦਾ ਇਲੈਕਸ਼ਨ ਨਹੀਂ ਹੈ, ਤੁਹਾਡੇ ਸਾਰਿਆਂ ਦਾ ਆਪਦਾ ਇਲੈਕਸ਼ਨ ਹੈ। ਤਾਂ ਮੈਂ ਅਪੀਲ ਕਰਦੀ ਹਾਂ ਹੱਥ ਬੰਨ ਕੇ ਕਿ ਜਿੰਨਾ ਵੱਧ ਤੋਂ ਵੱਧ ਮੇਰੀ ਮੋਮ ਨੂੰ ਪਿਆਰ ਕਰ ਸਕੋ ਅਤੇ ਦੇ ਸਕੋ, ਸਪੋਰਟ ਕਰ ਸਕੋ, ਜ਼ਰੂਰ ਕਰਿਓ। ਬਹੁਤ ਅੱਛਾ ਲੱਗ ਰਿਹਾ ਜੀ ਸਾਰਿਆਂ ਨੂੰ ਮਿਲ ਕੇ, ਬਹੁਤ ਅੱਛਾ ਲੱਗ ਰਿਹਾ, ਬਹੁਤ ਅੱਛੀ ਫੀਲਿੰਗ ਆ ਰਹੀ ਹੈ, ਬਹੁਤ ਪੋਜ਼ਿਟਿਵ ਫੀਲਿੰਗ ਆ ਰਹੀ ਹੈ। ਅਤੇ ਐਜ਼ ਅ ਡੋਟਰ ਬਹੁਤ ਅੱਛਾ ਲੱਗ ਰਿਹਾ ਕਿ ਮੈਂ ਆਪਣੀ ਮੋਮ ਵਾਸਤੇ ਕੈਂਪੇਨ ਕਰ ਸਕਦੀ ਹਾਂ। ਲਗਾਤਾਰ ਪਿਛਲੇ ਪਹਿਲਾਂ ਆਪਣੇ ਫਾਦਰ ਦੇ ਲਈ ਕੰਪੇਨਿੰਗ ਕੀਤੀ ਹੈ, 4 ਇਲੈਕਸ਼ਨਸ ਹੋਣਗੇ, 3 MLAs ਦੇ ਹੋਗੇ, ਇੱਕ MP ਹੋਗਾ ਮੰਮਾ ਲਈ। ਫੈਮਿਲੀ ਵਾਸਤੇ ਜਿੰਨਾ ਕਰ ਸਕਦੀ ਹਾਂ ਚਾਹੇ ਕਰ ਰਹੀ ਹਾਂ ਕਿਉਂ ਨਾ ਕਰਾਂ। ਮੰਮਾ ਵਾਸਤੇ ਕੈਂਪੇਨ ਕਰਕੇ ਬਹੁਤ ਅੱਛਾ ਲੱਗਦਾ ਹੈ, ਐਜ਼ ਮਤਲਬ ਮੈਨੂੰ ਤਾਂ ਬਚਪਨ ਤੋਂ ਆ ਰਿਹਾ ਕਿ ਮੇਰੀ ਮੋਮ ਪ੍ਰੋਫੈਸ਼ਨਲੀ ਫੀਲਡ 'ਚ ਕੰਮ ਕਰਨ। ਸੋ ਆਈ ਥਿੰਕ ਬਚਪਨ ਤੋਂ ਹੀ ਮੈਨੂੰ ਐਂ ਲੱਗਦਾ ਆ ਰਿਹਾ ਕਿ ਮਤਲਬ ਯੂ ਨੋ ਮੇਰੀ ਮੰਮਾ ਨੂੰ ਘਰੇ ਰਹਿਣਾ, ਮਤਲਬ ਘਰੇ ਨਹੀਂ ਰਹਿਣਾ ਚਾਹੀਦਾ, ਪ੍ਰੋਫੈਸ਼ਨਲੀ ਕੰਮ ਕਰਨਾ ਚਾਹੀਦਾ। ਸੋ ਆਈ ਥਿੰਕ ਆਹ ਦੇਖ ਕੇ ਬਹੁਤ ਅੱਛਾ ਲੱਗ ਰਿਹਾ ਕਿ ਮੰਮਾ ਫਾਈਨਲੀ ਆਪਦੇ ਵਾਸਤੇ ਮਤਲਬ ਲੋਕਾਂ ਵਾਸਤੇ ਕੁਛ ਕਰ ਰਹੇ ਨੇ ਅਤੇ ਆਪਦੇ ਵਾਸਤੇ ਪ੍ਰੋਫੈਸ਼ਨਲੀ ਕਰ ਰਹੀ ਨੇ। ਕਿਉਂਕਿ ਜਦੋਂ ਤੁਸੀਂ ਇੱਕ ਔਰਤ ਉੱਠਦੀ ਹੈ ਉਹਦੇ ਨਾਲ 100 ਔਰਤ ਦੇਖ ਕੇ, ਮਤਲਬ ਐਜ਼ ਅ ਡੋਟਰ ਵੀ ਮੈਂ ਵੀ ਦੇਖ ਕੇ ਉੱਠਦੀ ਹਾਂ, ਅਤੇ ਇੱਕ ਔਰਤ ਦੂਜੀਆਂ ਔਰਤਾਂ ਦੇ ਡੋਰਸ ਖੋਲਦੀ ਹੈ ਕਿ ਮਤਲਬ ਜਦੋਂ ਇੱਕ ਨੂੰ ਤੁਸੀਂ ਪੋਲੀਟਿਕਸ ਕਰਦੇ ਦੇਖਦੇ ਹੋ, ਆਈ ਥਿੰਕ ਆਪਾਂ ਨੂੰ ਹੋਰ ਲੋਡ ਹੈ ਔਰਤਾਂ ਦੀ ਪੋਲੀਟਿਕਸ ਵਿੱਚ ਇੰਡੀਆ 'ਚ। ਸੋ ਆਈ ਥਿੰਕ ਤੁਸੀਂ ਦੇਖਦੇ ਹੋ ਅਤੇ ਤੁਸੀਂ ਆਪ ਆਉਣਾ ਚਾਹੁੰਦੇ ਹੋ। ਸੋ ਗਿੱਦੜਵਾ ਦੇ ਹਲਕੇ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਦੇ ਵਿੱਚ? ਗਿੱਦੜਵਾ ਦੇ ਲੋਕਾਂ ਨੇ ਅਸੀਂ ਕਦੇ ਦੇਣਾ ਨਹੀਂ ਦੇ ਸਕਦੇ ਵੈਸੇ ਗਿੱਦੜਵਾ ਦੇ ਲੋਕਾਂ ਦਾ। ਤਿੰਨ ਵਾਰੀ ਪਾਪਾ ਨੂੰ ਇੱਥੋਂ MLA ਬਣਾ ਕੇ ਭੇਜਿਆ, ਅਤੇ ਜਦੋਂ ਕੋਈ ਵੀ ਨਹੀਂ ਜਿੱਤਿਆ 2022 'ਚ ਜਦੋਂ ਕੋਈ ਵੀ ਨਹੀਂ ਜਿੱਤਿਆ ਉਦੋਂ ਗਿੱਦੜਵਾ ਦੇ ਲੋਕਾਂ ਨੇ ਪਾਪਾ 'ਤੇ ਕਿਰਪਾ ਕੀਤੀ। ਸੋ ਆਈ ਥਿੰਕ ਮੈਂ ਗਿੱਦੜਵਾ ਦੇ ਲੋਕਾਂ ਨੂੰ ਬਸ ਇੱਕ ਹੀ ਅਪੀਲ ਕਰਨਾ ਚਾਹੂੰਗੀ ਕਿ ਇਸ ਵਾਰ ਮੇਰੀ ਮੰਮਾ ਨੂੰ ਇੱਥੋਂ ਬਣਾ ਕੇ ਭੇਜਣਾ, ਅਤੇ ਇਸ ਵਾਰ ਪਾਰਟੀਵਾਦ ਤੋਂ ਉੱਠ ਕੇ ਇੱਕ ਔਰਤ ਦੀ ਸਪੋਰਟ ਕਰਨੀ ਹੈ। ਸਪੈਸ਼ਲੀ ਵਿਮੈਨ ਨੂੰ ਇੱਕ ਅਪੀਲ ਕਰਨਾ ਚਾਹੂੰਗੀ ਕਿ ਆਹ ਤੁਹਾਡਾ ਸਾਰਿਆਂ ਦਾ ਆਪਦਾ ਇਲੈਕਸ਼ਨ ਹੈ, ਇਕੱਲਾ ਇੱਕ ਮੇਰੀ ਮੋਮ ਦਾ ਜਾਂ ਸਾਡੀ ਫੈਮਿਲੀ ਦਾ ਇਲੈਕਸ਼ਨ ਨਹੀਂ ਹੈ, ਤੁਹਾਡੇ ਸਾਰਿਆਂ ਦਾ ਆਪਦਾ ਇਲੈਕਸ਼ਨ ਹੈ। ਤਾਂ ਮੈਂ ਅਪੀਲ ਕਰਦੀ ਹਾਂ ਹੱਥ ਬੰਨ ਕੇ ਕਿ ਜਿੰਨਾ ਵੱਧ ਤੋਂ ਵੱਧ ਮੇਰੀ ਮੋਮ ਨੂੰ ਪਿਆਰ ਕਰ ਸਕੋ ਅਤੇ ਦੇ ਸਕੋ, ਸਪੋਰਟ ਕਰ ਸਕੋ, ਜ਼ਰੂਰ ਕਰਿਓ। ਥੈਂਕ ਯੂ। ਬਹੁਤ ਅੱਛਾ ਲੱਗ ਰਿਹਾ ਜੀ ਸਾਰਿਆਂ ਨੂੰ ਮਿਲ ਕੇ, ਬਹੁਤ ਅੱਛਾ ਲੱਗ ਰਿਹਾ ਹੈ, ਬਹੁਤ ਅੱਛੀ ਫੀਲਿੰਗ ਆ ਰਹੀ ਹੈ, ਬਹੁਤ ਪੋਜ਼ਿਟਿਵ ਫੀਲਿੰਗ ਆ ਰਹੀ ਹੈ। ਅਤੇ ਐਜ਼ ਅ ਡੋਟਰ ਬਹੁਤ ਅੱਛਾ ਲੱਗ ਰਿਹਾ ਕਿ ਮੈਂ ਆਪਣੀ ਮੋਮ ਵਾਸਤੇ ਕੈਂਪੇਨ ਕਰ ਸਕਦੀ ਹਾਂ। ਲਗਾਤਾਰ ਪਿਛਲੇ ਪਹਿਲਾਂ ਆਪਣੇ ਫਾਦਰ ਦੇ ਲਈ ਕੰਪੇਨਿੰਗ ਕੀਤੀ ਹੈ, 4 ਇਲੈਕਸ਼ਨਸ ਹੋਣਗੇ, 3 MLAs ਦੇ ਹੋਗੇ, ਇੱਕ MP ਹੋਗਾ ਮੰਮਾ ਲਈ। ਫੈਮਿਲੀ ਵਾਸਤੇ ਜਿੰਨਾ ਕਰ ਸਕਦੀ ਹਾਂ ਚਾਹੇ ਕਰ ਰਹੀ ਹਾਂ ਕਿਉਂ ਨਾ ਕਰਾਂ। ਮੰਮਾ ਵਾਸਤੇ ਕੈਂਪੇਨ ਕਰਕੇ ਬਹੁਤ ਅੱਛਾ ਲੱਗਦਾ ਹੈ, ਐਜ਼ ਮਤਲਬ ਮੈਨੂੰ ਤਾਂ ਬਚਪਨ ਤੋਂ ਆ ਰਿਹਾ ਹੈ ਕਿ ਮੇਰੀ ਮੋਮ ਪ੍ਰੋਫੈਸ਼ਨਲੀ ਫੀਲਡ 'ਚ ਕੰਮ ਕਰਨ। ਸੋ ਆਈ ਥਿੰਕ ਬਚਪਨ ਤੋਂ ਹੀ ਮੈਨੂੰ ਐਂ ਲੱਗਦਾ ਆ ਰਿਹਾ ਕਿ ਮਤਲਬ ਯੂ ਨੋ ਮੇਰੀ ਮੰਮਾ ਨੂੰ ਘਰੇ ਰਹਿਣਾ, ਮਤਲਬ ਘਰੇ ਨਹੀਂ ਰਹਿਣਾ ਚਾਹੀਦਾ, ਪ੍ਰੋਫੈਸ਼ਨਲੀ ਕੰਮ ਕਰਨਾ ਚਾਹੀਦਾ। ਸੋ ਆਈ ਥਿੰਕ ਆਹ ਦੇਖ ਕੇ ਬਹੁਤ ਅੱਛਾ ਲੱਗ ਰਿਹਾ ਕਿ ਮੰਮਾ ਫਾਈਨਲੀ ਆਪਦੇ ਵਾਸਤੇ ਮਤਲਬ ਲੋਕਾਂ ਵਾਸਤੇ ਕੁਛ ਕਰ ਰਹੀ ਨਹੀਂ ਅਤੇ ਆਪਦੇ ਵਾਸਤੇ ਪ੍ਰੋਫੈਸ਼ਨਲੀ ਕਰ ਰਹੀ। ਕਿਉਂਕਿ ਜਦੋਂ ਤੁਸੀਂ ਇੱਕ ਔਰਤ ਉੱਠਦੀ ਹੈ ਉਹਦੇ ਨਾਲ 100 ਔਰਤ ਦੇਖ ਕੇ, ਮਤਲਬ ਐਜ਼ ਅ ਡੋਟਰ ਵੀ ਮੈਂ ਵੀ ਦੇਖ ਕੇ ਉੱਠਦੀ ਹਾਂ, ਅਤੇ ਇੱਕ ਔਰਤ ਦੂਜੀਆਂ ਔਰਤਾਂ ਦੇ ਡੋਰਸ ਖੋਲਦੀ ਹੈ ਕਿ ਮਤਲਬ ਜਦੋਂ ਇੱਕ ਨੂੰ ਤੁਸੀਂ ਪੋਲੀਟਿਕਸ ਕਰਦੇ ਦੇਖਦੇ ਹੋ, ਆਈ ਥਿੰਕ ਆਪਾਂ ਨੂੰ ਹੋਰ ਲੋਡ ਹੈ ਔਰਤਾਂ ਦੀ ਪੋਲੀਟਿਕਸ ਵਿੱਚ ਇੰਡੀਆ 'ਚ। ਸੋ ਆਈ ਥਿੰਕ ਤੁਸੀਂ ਦੇਖਦੇ ਹੋ ਅਤੇ ਤੁਸੀਂ ਆਪ ਆਉਣਾ ਚਾਹੁੰਦੇ ਹੋ। ਸੋ ਗਿੱਦੜਵਾ ਦੇ ਹਲਕੇ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਦੇ ਵਿੱਚ?
ਗਿੱਦੜਵਾ ਦੇ ਲੋਕਾਂ ਨੇ ਅਸੀਂ ਕਦੇ ਦੇਣਾ ਨਹੀਂ ਦੇ ਸਕਦੇ ਵੈਸੇ ਗਿੱਦੜਵਾ ਦੇ ਲੋਕਾਂ ਦਾ। 3 ਵਾਰੀ ਪਾਪਾ ਨੂੰ ਇੱਥੋਂ MLA ਬਣਾ ਕੇ ਭੇਜਿਆ ਅਤੇ ਜਦੋਂ ਕੋਈ ਵੀ ਨਹੀਂ ਜਿੱਤਿਆ 2022 2022 'ਚ ਜਦੋਂ ਕੋਈ ਵੀ ਨਹੀਂ ਜਿੱਤਿਆ ਉਦੋਂ ਗਿੱਦੜਵਾ ਦੇ ਲੋਕਾਂ ਨੇ ਪਾਪਾ 'ਤੇ ਕਿਰਪਾ ਕੀਤੀ। ਸੋ ਆਈ ਥਿੰਕ ਮੈਂ ਗਿੱਦੜਵਾ ਦੇ ਲੋਕਾਂ ਨੂੰ ਬਸ ਇੱਕ ਹੀ ਅਪੀਲ ਕਰਨਾ ਚਾਹੂੰਗੀ ਕਿ ਇਸ ਵਾਰ ਮੇਰੀ ਮੰਮਾ ਨੂੰ ਇੱਥੋਂ ਬਣਾ ਕੇ ਭੇਜਣਾ ਅਤੇ ਇਸ ਵਾਰ ਪਾਰਟੀਵਾਦ ਤੋਂ ਉੱਠ ਕੇ ਇੱਕ ਔਰਤ ਦੀ ਸਪੋਰਟ ਕਰਨੀ ਹੈ। ਸਪੈਸ਼ਲੀ ਵਿਮੈਨ ਨੂੰ ਇੱਕ ਅਪੀਲ ਕਰਨਾ ਚਾਹੂੰਗੀ ਕਿ ਆ ਤੁਹਾਡਾ ਸਾਰਿਆਂ ਦਾ ਆਪਦਾ ਇਲੈਕਸ਼ਨ ਹੈ, ਇਕੱਲਾ ਇੱਕ ਮੇਰੀ ਮੋਮ ਦਾ ਜਾਂ ਸਾਡੀ ਫੈਮਿਲੀ ਦਾ ਇਲੈਕਸ਼ਨ ਨਹੀਂ, ਤੁਹਾਡੇ ਸਾਰਿਆਂ ਦਾ ਆਪਦਾ ਇਲੈਕਸ਼ਨ ਹੈ। ਤਾਂ ਮੈਂ ਅਪੀਲ ਕਰਦੀ ਹਾਂ ਹੱਥ ਬਣ ਕੇ ਕਿ ਜਿੰਨਾ ਵੱਧ ਤੋਂ ਵੱਧ ਮੇਰੀ ਮੋਮ ਨੂੰ ਪਿਆਰ ਕਰ ਸਕੋ ਅਤੇ ਦੇ ਸਕੋ, ਸਪੋਰਟ ਕਰ ਸਕੋ, ਜ਼ਰੂਰ ਕਰਿਓ।